13 ਫਰਵਰੀ ਤੋਂ ਹੀ ਖਨੌਰੀ, ਸ਼ੰਭੂ ਅਤੇ ਡੱਬ ਵਾਲੀ ਬਾਰਡਰਾਂ ਉੱਤੇ ਕਿਸਾਨ ਡਟੇ ਹੋਏ ਨੇ। ਚੱਲ ਰਹੇ ਕਿਸਾਨੀ ਅੰਦੋਲਨ 2 ਨੂੰ ਸਫਲ ਬਣਾਉਣ ਲਈ ਹੁਣ ਉਗਰਾਹਾਂ ਜਥੇਬੰਦੀ ਨੇ ਵੀ ਆਪਣੀ ਕਮਰ ਕੱਸ ਲਈ ਹੈ, ਜਿਸ ਦੇ ਚੱਲਦਿਆਂ ਸੰਗਰੂਰ ਦੇ ਮੂਣਕ ਅਤੇ ਮਾਨਸਾ ਦੇ ਨਾਲ ਲੱਗਦੇ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਕਿਸਾਨ ਮੂਣਕ ਦੀ ਦਾਣਾ ਮੰਡੀ ਵਿਖੇ ਇਕੱਠੇ ਹੋਏ ਨੇ, ਜਿੱਥੋਂ ਉਹ ਕਾਫਲੇ ਬੰਨ੍ਹ ਕੇ ਦਿੱਲੀ ਲਈ ਰਵਾਨਾ ਹੋ ਰਹੇ ਹਨ। ਦੱਸ ਦਈਏ ਕਿ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਹੋਣ ਵਾਲੀ ਮਹਾਂਪੰਚਾਇਤ ਦੇ ਵਿੱਚ ਹੁਣ ਪੰਜਾਬ ਦੀਆਂ ਬੀਬੀਆਂ ਦੇ ਨਾਲ ਨਾਲ ਛੋਟੇ ਬੱਚੇ ਅਤੇ ਕੁੜੀਆਂ ਵੀ ਸ਼ਾਮਲ ਹੋਣਗੀਆਂ। ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਬੀਬੀਆਂ ਨੇ ਦੱਸਿਆ ਹੈ ਕਿ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕਾਫਲੇ ਸਿੱਧੇ ਕਰ ਦਿੱਤੇ ਨੇ। ਅੱਜ SKM ਦੇ ਸੱਦੇ 'ਤੇ, ਜਾਣੀ ਆਉਣ ਵਾਲੀ ਕੱਲ੍ਹ 14 ਮਾਰਚ ਨੂੰ ਦਿੱਲੀ ਦੇ ਵਿੱਚ ਮਹਾਂ ਕਿਸਾਨ ਮਜ਼ਦੂਰ ਪੰਚਾਇਤ ਕਰਨ ਜਾ ਰਹੇ ਹਾਂ, ਕਿਉਂਕਿ ਪਿਛਲੇ ਘੋਲ ਵੇਲੇ ਬਹੁਤ ਸਾਰੀਆਂ ਮੰਗਾਂ ਨੇ ਅਧੂਰੀਆਂ ਪਈਆਂ ਨੇਗੀਆਂ। ਕੁਛ ਮੰਗਾਂ ਫੌਰੀ ਤੌਰ 'ਤੇ ਉਤਪੰਨ ਹੋ ਗਈਆਂ ਤੀਆਂ, ਜਿਵੇਂ ਲਖੀਮਪੁਰ ਖੀਰੀ ਦੇ ਜੋ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣੀਆਂ, MSP ਦੀ ਬਹੁਤ ਵੱਡੀ ਜਿਹੜੀ ਮੰਗ ਹੈ ਅਧੂਰੀ ਰਹਿ ਗਈ। ਸਰਕਾਰ ਨੇ ਉਦੋਂ ਕਿਹਾ ਸੀਗਾ ਵੀ ਅਸੀਂ ਕਮੇਟੀ ਬਣਾਵਾਂਗੇ, ਕਮੇਟੀ ਬਣਾ ਕੇ MSP ਹੈ ਜਿਹੜੀ ਲਾਗੂ ਕਰਾਂਗੇ। ਉਸ 'ਤੇ ਅਜੇ ਤੱਕ ਕੋਈ ਕੰਮ ਨਹੀਂ ਹੋਇਆ। ਜਿਵੇਂ ਸਾਡੇ ਕਿਸਾਨਾਂ ਨੂੰ, ਮਜ਼ਦੂਰਾਂ ਨੂੰ ਹੱਡ ਭੰਨਵੀਂ ਮਿਹਨਤ ਕਰਦੇ ਆ, ਜਾਣੀ 10,000 ਰੁਪਇਆ ਉਹਨਾਂ ਨੂੰ ਪੈਨਸ਼ਨ ਦੇਣ ਦਾ ਜੋ ਸਾਡਾ ਸਿਸਟਮ ਹੈ ਜਥੇਬੰਦੀ ਵੱਲੋਂ ਉਹ ਬਣਾਇਆ, ਇਹਨਾਂ ਮੁੱਖ ਮੰਗਾਂ ਨੂੰ ਲੈ ਕੇ ਦਿੱਲੀ ਦੇ ਵਿੱਚ ਕੱਲ੍ਹ ਨੂੰ ਮਹਾਂਪੰਚਾਇਤ ਕਰਨ ਜਾ ਰਹੇ ਹਾਂ। ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਲਗਭਗ 200 ਬੱਸਾਂ ਦਾ ਜਿਹੜਾ ਵੱਡਾ ਕਾਫਲਾ ਹੈ ਉੱਥੇ ਜਾਣਾ, ਜਿਹਦੇ ਵਿੱਚ ਮਜ਼ਦੂਰ ਵੀ ਨੇ, ਕਿਸਾਨ ਵੀ ਨੇ, ਸਾਡੀਆਂ ਭੈਣਾਂ ਵੀ ਨੇ, ਸਾਰੇ ਸਮੂਹ ਤਬਕਿਆਂ ਦੇ ਲੋਕ ਨੂੰ ਇਕੱਠੇ ਲੈ ਕੇ ਤੁਰੇ। ਕਿੰਨੀ ਕੁ ਗਿਣਤੀ ਦੇ ਵਿੱਚ ਕਿਸਾਨ ਬੀਬੀਆਂ ਪਹੁੰਚ ਰਹੀਆਂ ਨੇ? ਸਾਰੀਆਂ ਪੰਜਾਬ ਦੀਆਂ ਕਿ ਜ਼ਿਲ੍ਹੇ ਦੀਆਂ? ਪੰਜਾਬ ਦੇ ਲਗਭਗ ਭੈਣਾਂ ਵਿੱਚ ਕਿਸਾਨ ਮਜ਼ਦੂਰ ਸਾਰੇ ਤਬਕਿਆਂ ਨਾਲ ਲੈ ਕੇ ਲਗਭਗ 40,000 ਦਾ ਜਿਹੜਾ ਇਕੱਠ ਹੈ, ਸਾਡਾ ਇਰਾਦਾ ਹੈ, ਸਾਡਾ ਮਤਲਬ ਟੀਚਾ ਹੈ 40,000 ਇੱਕਤਾ ਉਗਰਾਹਾਂ ਦਾ, ਇਕੱਲਾ 40,000 ਦਾ ਟੀਚਾ ਬਣਾਇਆ ਅਤੇ ਹੋ ਜਾਵਾਂਗੇ 40,000। ਲੋਕਾਂ 'ਚ ਵੱਡਾ ਉਤਸ਼ਾਹ ਹੈ, ਹਰੇਕ ਪਿੰਡ ਦੇ ਵਿੱਚੋਂ 2-2, 3-3 ਬੱਸਾਂ ਜਾ ਰਹੀਆਂ ਨੇ। ਜੇ ਕਹਿਣਾ ਹੋਵੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਲਗਭਗ 200 ਬੱਸ ਇਕੱਲੀ ਸੰਗਰੂਰ ਜ਼ਿਲ੍ਹੇ ਦੀ ਹੈ, ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਦਾ 40,000 ਦਾ ਇਕੱਠ ਉੱਥੇ ਹੋਣ ਦੀ ਪੂਰੀ ਸੰਭਾਵਨਾ ਹੈ। ਅਸੀਂ ਜਿਹੜੇ ਪਿੰਡ ਤੋਂ ਯਾਨੀ ਕਿ 1 ਬੱਸ ਲਾਈ ਸੀ, ਉੱਥੋਂ ਵੀ 2-2 ਬੱਸਾਂ ਆ ਰਹੀਆਂ ਨੇ। ਹਾਲਾਂਕਿ ਸਾਡੇ ਬੰਦੇ ਫਿਰ ਵੀ ਪੂਰੇ, ਜਿਨ੍ਹਾਂ ਨੇ ਆਉਣਾ ਚਾਹੁੰਦੇ ਨੇ ਉਹ ਪੂਰੇ ਅਸੀਂ ਨਹੀਂ ਲਿਜਾ ਸਕ ਰਹੇ, ਸਾਡੇ ਕੋਲ ਸਾਧਨਾਂ ਦੀ ਘਾਟ ਹੋ ਗਈ। ਗਿਣਤੀ ਵੱਲੋਂ ਲੋਕਾਂ ਦੀ ਕੋਈ ਕਮੀ ਨਹੀਂ, ਪੂਰੇ ਉਤਸ਼ਾਹ 'ਚ ਆ ਰਹੇ ਨੇ, ਕਿਉਂਕਿ ਮੋਦੀ ਸਰਕਾਰ ਨੇ 2 ਸਾਲ ਪਹਿਲਾਂ ਜਿਹੜੇ ਕਿਸਾਨ ਖੇਤੀ ਕਾਲੇ ਕਾਨੂੰਨ ਵਾਪਸ ਕਰਵਾ ਕੇ ਆਏ ਸੀ ਅਤੇ ਕੁਛ ਰਹਿੰਦੀਆਂ ਮੰਗਾਂ ਸੀ, ਮੋਦੀ ਸਰਕਾਰ ਨੇ ਵਾਅਦਾ ਕਰਕੇ ਉਸ ਟਾਈਮ ਇਹ ਘੋਲ ਸਮਾਪਤ ਕਰਵਾਇਆ ਸੀ ਵੀ ਜਿਹੜੀਆਂ ਰਹਿੰਦੀਆਂ ਮੰਗਾਂ ਨੇ ਉਹ ਅਸੀਂ ਤੁਹਾਨੂੰ ਲਿਖਤੀ ਰੂਪ 'ਚ ਦਿੰਦੇ ਹਾਂ, ਬਹੁਤ ਛੇਤੀ ਇਹਨਾਂ ਦਾ ਹੱਲ ਕਰ ਦਾਂਗੇ। ਪਰ 2.5 ਸਾਲ ਟੱਪ ਜਾਣ ਦੇ ਬਾਵਜੂਦ ਵੀ ਸਰਕਾਰ ਹਾਲੇ ਵੀ ਕੁੰਭਕਰਨੀ ਨੀਂਦ ਦੇ ਵਿੱਚ ਸੁੱਤੀ ਪਈ ਹੈ। ਉਹ ਸਰਕਾਰ ਨੂੰ ਰਾਮਲੀਲਾ ਗਰਾਊਂਡ ਦੇ ਵਿੱਚ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਵੱਡੀ ਮਹਾਂਪੰਚਾਇਤ ਕਰਕੇ ਸਰਕਾਰ ਨੂੰ ਜਗਾਇਆ ਜਾਊਗਾ ਕਿ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ, ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਹੋਰ ਤਿੱਖੇ ਐਕਸ਼ਨ ਲਿਖੇ ਜਾਣਗੇ। ਮੰਗਾਂ ਨੇ ਦੇਖੋ, ਇਹ ਸਾਡੀਆਂ ਮੰਗਾਂ ਤਾਂ ਲਗਾਤਾਰ ਪਹਿਲਾਂ ਹੀ ਸੈਂਟਰ ਨਾਲ ਚੱਲ ਰਹੀਆਂ ਨੇ। ਉਸ ਟਾਈਮ ਵੀ ਦੇਖੋ ਸਾਡੀਆਂ ਮੰਗਾਂ ਨੇ, ਇੱਕ ਤਾਂ ਸਾਡੀ ਬੁਢਾਪਾ ਪੈਨਸ਼ਨ ਲਾ ਲਓ, ਇੱਕ ਸਾਡੇ ਜਿਹੜੇ ਕਿਸਾਨ ਮਜ਼ਦੂਰਾਂ ਸਿਰ ਕਰਜ਼ਾ ਚੜਿਆ ਹੋਇਆ, ਕਰਜ਼ੇ 'ਤੇ ਵੀ ਲਕੀਰ ਮਾਰੀ ਜਾਵੇ, ਇੱਕ ਸਾਡੀ ਜਿਹੜੀ ਬਿਜਲੀ ਐਕਟ 220/220 ਹੈ ਉਹ ਖਤਮ ਕੀਤਾ ਜਾਵੇ, ਕਿਉਂਕਿ ਬਿਜਲੀ ਹੈ ਜਿਹੜੀ ਇਹ ਪ੍ਰਾਈਵੇਟ ਹੱਥਾਂ 'ਚ ਦੇਣ ਜਾ ਰਹੇ ਨੇ, ਉਹ ਨਹੀਂ ਅਸੀਂ ਹੋਣ ਦੇਣਾ। ਜਿਹੜੇ ਸਾਡੇ ਸਰਕਾਰੀ ਅਦਾਰੇ ਨੇ,
ਸਰਕਾਰੀ ਸੈਕਟਰ ਨੇ ਉਹ ਅਸੀਂ ਪ੍ਰਾਈਵੇਟ ਕਿਸੇ ਹਾਲਤ 'ਚ ਨਹੀਂ ਹੋਣ ਦੇਣੇ, ਨਾ ਸਾਡੀਆਂ ਮੰਡੀਆਂ ਅਸੀਂ ਪ੍ਰਾਈਵੇਟ ਹੋਣ ਦੇਣੀਆਂ ਨੇ। ਅਸੀਂ ਸਰਕਾਰੀ ਅਦਾਰੇ ਨੇ ਜਿਹੜੇ ਆਪਦੇ ਸਰਕਾਰੀ ਅਦਾਰੇ ਮੁੜ ਬਹਾਲ ਕਰਾਂਗੇ। ਜਿਵੇਂ ਜਿਹੜੀ ਮੋਦੀ ਹਕੂਮਤ ਹੈ ਉਹਨਾਂ ਨੂੰ ਵੇਚਣ ਲੱਗੀ ਹੋਈ ਹੈ, ਉਹ ਅਸੀਂ ਵੇਚਣ ਨਹੀਂ ਦੇਣੀ। ਸਾਡੀ ਤਿਆਰੀ ਅਸੀਂ ਫੁੱਲ ਕਰਕੇ ਆਏ ਜੀ, ਸਿਰ 'ਤੇ ਕੱਫਣ ਬੰਨ੍ਹ ਕੇ ਆਇਆ ਕਰੋ, ਕਹਿ ਕੇ ਆਏ ਵੀ ਸਾਡਾ ਅੱਟ ਉੱਟ 'ਚ ਕੋਈ ਪਾਣੀ ਨਾ ਪਾਇਓ, ਦੇਖੋ ਕਿਵੇਂ ਮੁੜਦੇ ਹਾਂ ਜੀ ਫਿਰ ਵਾਪਸ। ਫੁੱਲ ਤਿਆਰੀ ਕਰਕੇ ਆਏ ਜੀ ਅਸੀਂ ਕਰੋ। ਜਿਹੜੀ ਹੁਣ ਮੋਦੀ ਸਰਕਾਰ ਹੈ ਜੀ, ਇਹ ਝੁਕਦੀ ਨਹੀਂ, ਇਹਨੂੰ ਕਿਸਾਨ ਚੁਕਾ ਕੇ ਰਹਿਣਗੇ। ਜਿਹੜੇ ਹੁਣ ਉਹ ਕਿਸਾਨ ਬੈਠੇ ਨੇ ਬਾਰਡਰ 'ਤੇ, ਉਹਨਾਂ 'ਤੇ ਇੱਥਰੂ ਇਸ ਦੇ ਗੋਲੇ ਵੀ ਡਿੱਗੇ ਨੇ, ਇਹਨਾਂ ਨੇ ਪਾਣੀ ਦੇ ਪਛਵਾੜਾਂ ਵੀ ਦਿੱਤੀਆਂ ਨੇ, ਸਾਡਾ ਪੁੱਤ ਇੱਕ ਬੇਟਾ ਸਾਡਾ ਸ਼ਹੀਦ ਵੀ ਹੋ ਗਿਆ ਉੱਥੇ। ਇਹਨਾਂ ਨੇ ਤਸੱਦਦ ਕੀਤਾ ਮੋਦੀ ਸਰਕਾਰ ਨੇ ਅਤੇ ਖੱਟਣ ਨੇ, ਗੰਦੇ ਨੇ, ਹਰਾਮਜ਼ਾਦੇ ਨੇ, ਪੂਰਾ ਉਹ ਕਰਿਆ ਇਹਨਾਂ 'ਤੇ, ਕਿਸਾਨਾਂ 'ਤੇ ਤਸੱਦਦ ਕੀਤਾ ਗਿਆ ਜੀ। ਕਿੰਨੀ ਕੁ ਬੱਸਾਂ ਅਤੇ ਕਿੰਨੀਆਂ ਕੁ ਬੀਬੀਆਂ ਜਿਹੜੀਆਂ ਇੱਥੇ ਜਾ ਰਹੀਆਂ? 200 ਬੱਸ ਤਾਂ ਸਾਡੀ ਉਰੇ ਜਾ ਰਹੀ ਹੈ ਜੀ, ਸੰਗਰੂਰ ਜ਼ਿਲ੍ਹੇ 'ਚੋਂ ਬੀਬੀਆਂ ਵੀ ਬਹੁਤ ਜਾ ਰਹੀਆਂ ਨੇ ਜੀ ਇਹਦੇ ਵਿੱਚ, ਦੇਖੋ ਗਾਹਾਂ ਗਿਣਤੀ ਦਾ ਪਤਾ ਲੱਗੂ ਵੀ ਕਿੰਨੀਆਂ ਕੁ ਨੇ। ਪਰ ਅਸੀਂ ਪੂਰੇ ਹੌਸਲੇ ਬੁਲੰਦ ਕਰਕੇ ਆਏ ਹਾਂ ਜੀ, ਵੀ ਜਿੱਤ ਕੇ ਮੁੜਾਂਗੇ। ਜਿਹੜੇ ਇਹਨੇ ਕਾਨੂੰਨ ਥਾਪੇ ਹੋਏ ਨੇ ਸਾਡੇ 'ਤੇ, ਸਾਰੇ ਵਾਪਸ ਲਵਾਂਗੇ ਅਸੀਂ, ਕੰਨੇ ਕਾਨੂੰਨ ਵਾਪਸ ਲਵਾਂਗੇ, MSP ਦੀ ਗਰੰਟੀ ਲਵਾਂਗੇ। ਜਿਹੜਾ ਲਖਮੀਰਪੁਰ ਖੀਰੀ ਦੇ ਵਿੱਚ ਉਹ ਕੀਤਾ ਸੀ ਕਿਸਾਨਾਂ ਤੋਂ ਸ਼ਹੀਦ ਕਰਦੇ, ਉਹਨਾਂ ਦੇ ਉਹਨਾਂ ਨੂੰ ਅੰਦਰ ਕਰਵਾ ਕੇ ਛੱਡਾਂਗੇ। ਜਿੰਨੀਆਂ ਵੀ ਸਾਡੀਆਂ ਮੰਗਾਂ ਨੇ ਜੀ, ਸਾਰੀਆਂ ਅਸੀਂ ਵਾਪਸ ਲੈ ਕੇ ਰਹਾਂਗੇ, ਇਹਨਾਂ ਤੋਂ ਪਿੱਛੇ ਨਹੀਂ ਹਟ ਕੇ ਬਹਿੰਦੇ। ਬੀਬੀਆਂ ਨੇ ਕਿਹਾ ਕਿ ਅਸੀਂ ਰਾਸ਼ਨ ਪਾਣੀ ਇਕੱਠਾ ਕਰਕੇ ਬੱਸਾਂ ਦੀਆਂ ਡਿੱਗੀਆਂ ਦੇ ਵਿੱਚ ਰੱਖ ਦਿੱਤਾ ਹੈ ਅਤੇ ਹੁਣ ਅਸੀਂ ਆਪਣੀਆਂ ਮੰਗਾਂ ਲਈ ਕੇਂਦਰ ਸਰਕਾਰ ਨੂੰ ਝੁਕਾ ਕੇ ਹੀ ਦਮ ਲਵਾਂਗੇ। ਹਕੀਕੀ TV ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ।